ਜਗ੍ਹਾ ਉੱਪਰ ਫਸਲਾਂ ਬੀਜਣਾ ਖੇਤੀ ਨਹੀਂ ਹੈ। ਖੇਤੀ ਰੁੱਖਾਂ ਪਸ਼ੂ ਪੰਛੀਆਂ ਅਤੇ ਜਾਨਵਰਾਂ ਦਾ ਇੱਕ ਵਿਲੱਖਣ ਸੁਮੇਲ ਹੈ। ਇਹ ਸਭ ਕੁਛ ਹੋਣਾ ਚਾਹੀਦਾ। ਜਿਉਂ ਅੱਜ ਖੇਤੀ ਦੀ ਤਰਾਸ਼ਦੀ ਕੀ ਹੈ, ਅੱਜ ਖੇਤੀ ਦੇ ਪ੍ਰੈਜ਼ੈਂਟ ਖੇਤੀ ਫੇਲ ਕਿਉਂ ਹੋ ਗਈ ਪੰਜਾਬ ਦੇ ਵਿੱਚ, ਕਿਉਂਕਿ ਅਸੀਂ ਹੌਲੀ ਹੌਲੀ ਇਹ ਚੀਜ਼ਾਂ ਕੱਢਤੀਆਂ ਖੇਤੀ ਦੇ ਵਿੱਚੋਂ। ਪਸ਼ੂ ਬਾਹਰ ਕੱਢਤੇ, ਪੰਛੀਆਂ ਨੂੰ ਬਾਹਰ ਕੱਢਤਾ, ਰੁੱਖਾਂ ਨੂੰ ਬਾਹਰ ਕੱਢਤਾ, ਸਭ ਕੁਛ ਕੱਲਾ ਗਿਆ। ਸਿਰਫ ਕੱਲੀ ਫਸਲਾਂ ਜ਼ਮੀਨ ਦੇ ਉੱਪਰ ਰਹਿ ਗਈਆਂ, ਉਹ ਵੀ ਮੋਨੋਕਲਚਰ। ਤਾਂ ਇਹ ਮੋਨੋਕਲਚਰ ਜਿਹੜਾ ਹੈਗਾ, ਇਹਨੇ ਪੰਜਾਬ ਦਾ ਨੁਕਸਾਨ ਕੀਤਾ ਹੈਗਾ। ਜਿੱਥੇ ਵੀ ਮੋਨੋਕਲਚਰ ਆਊਗਾ ਤੁਹਾਨੂੰ ਸਮੱਸਿਆਵਾਂ ਆਉਣਗੀਆਂ, ਕਿਉਂਕਿ ਜੰਗਲ ਦੇ ਵਿੱਚ ਬੜੀ ਡਾਇਵਰਸਿਟੀ ਹੁੰਦੀ ਹੈ। ਉੱਥੇ ਕੋਈ ਸਪਰੇਆਂ ਕਰਨ ਨਹੀਂ ਜਾਂਦਾ, ਕੋਈ ਯੂਰੀਆ ਪਾਉਣ ਨਹੀਂ ਜਾਂਦਾ, ਸਭ ਕੁਛ ਹੁੰਦਾ। ਕਿਉਂ ਹੁੰਦਾ? ਡਾਇਵਰਸਿਟੀ ਹੈ, ਉੱਥੇ ਫੂਡ ਵੈਬ ਬਣਦੇ ਆ, ਫੂਡ ਚੇਨ ਬਣਦੀ ਹੈ। ਸਾਡੇ ਮੈਕਸੀਮਮ ਡਾਇਵਰਸਿਟੀ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਅਸੀਂ ਆਪਣੇ ਸਾਰੇ ਸਾਥੀ ਮਿਲ ਕੇ ਅਸੀਂ ਸਾਲ ਭਰ ਦੇ ਵਿੱਚ 60 ਤੋਂ ਉੱਪਰ ਫਸਲਾਂ ਦੀ ਕਾਸ਼ਤ ਕਰਦੇ ਹਾਂ, ਫਸਲਾਂ ਦੇ ਵਿੱਚ, ਜਿਹਦੇ ਵਿੱਚ ਮਸਾਲੇ ਵਾਲੀਆਂ ਫਸਲਾਂ, ਤੇਲ ਵਾਲੀਆਂ, ਅਨਾਜ ਵਾਲੀਆਂ, ਸਬਜ਼ੀਆਂ, ਦਾਲਾਂ ਸਭ ਮਿਲਾ ਕੇ 60 ਤੋਂ ਉੱਪਰ ਫਸਲਾਂ ਦੀ ਕਾਸ਼ਤ ਕਰਦੇ ਹਾਂ। ਅਤੇ ਇੱਕ ਕੋਸ਼ਿਸ਼ ਕਰੀਦੀ ਹੈਗੀ ਹੈ ਕਿ ਨਾਲ ਨਾਈਟ੍ਰੋਜਨ ਫਿਕਸੇਸ਼ਨ ਵਾਸਤੇ, ਜਿਵੇਂ ਸਰ੍ਹੋਂ ਨੇ ਜ਼ਮੀਨ 'ਚੋਂ ਤਾਕਤ ਲੈਣੀ ਹੈ, ਸਰ੍ਹੋਂ ਹੈ ਤਾਂ ਫਲੀਦਾਰ ਲੇਕਿਨ ਇਹ ਜ਼ਮੀਨ ਨੂੰ ਤਾਕਤ ਦਿੰਦੀ ਨਹੀਂ ਹੈਗੀ, ਤਾਂ ਆਉਂਦੀ ਫਸਲ ਵਾਸਤੇ ਸਰ੍ਹੋਂ ਸਾਡੀ ਜ਼ਮੀਨ 'ਚੋਂ ਜ਼ਿਆਦਾ ਤਾਕਤ ਨਾ ਲਵੇ, ਇਹਨੂੰ ਅਸੀਂ ਉਹਦੀ ਭਰਪਾਈ ਕਰਨ ਦੇ ਲਈ ਨਾਲ ਜਿਹੜਾ ਹੈਗਾ ਉਹਨੂੰ ਚਨੇ ਦੀ ਇੰਟਰਕ੍ਰੋਪਿੰਗ ਕੀਤੀ ਹੋਈ ਹੈ। ਕੈਮੀਕਲ ਫਾਰਮਿੰਗ ਦੇ ਵਿੱਚ ਰੁੱਖਾਂ ਨੂੰ ਬੜਾ ਮਾੜਾ ਗਿਣਿਆ ਜਾਂਦਾ ਹੈ। ਆਮ ਤੌਰ 'ਤੇ ਕਿਸਾਨ ਜਿਹੜਾ ਹੈਗਾ ਖੇਤਾਂ ਦੇ ਵਿੱਚ ਰੁੱਖ ਪੱਟ ਦਿੰਦੇ ਆ, ਕਿਉਂਕਿ ਇਹ ਫਸਲ ਇਹ ਛਾਂ ਕਰ ਦਿੰਦੇ ਆ, ਇਹਦੇ ਨਾਲ ਸ਼ੈਡੋ ਹੋ ਜਾਂਦੀ ਹੈ ਅਤੇ ਉੱਥੇ ਫਸਲ ਨਹੀਂ ਹੁੰਦੀ। ਕੈਮੀਕਲ ਫਾਰਮਿੰਗ ਦੇ ਵਿੱਚ ਪੰਜਾਬ ਦੇ ਵਿੱਚ ਜੋ ਸਨੈਰੀਓ ਹੈਗਾ, ਇੱਥੇ ਮੋਨੋਕਲਚਰ ਹੈ, ਝੋਨੇ ਦੇ ਕਣਕ ਦਾ ਫਸਲੀ ਚੱਕਰ ਹੈ। ਇਹ ਦੋਨੇ ਹੀ C1 ਪਲਾਂਟ ਹੈਗੇ ਆ, ਇਹਨਾਂ ਨੂੰ ਧੁੱਪ ਬਹੁਤ ਚਾਹੀਦੀ ਹੈਗੀ ਹੈ। ਇੱਥੇ ਨੁਕਸਾਨ ਬਿਲਕੁਲ ਹੁੰਦਾ ਹੈ, ਜੇਕਰ ਦਰੱਖਤਾਂ ਦੇ ਵਿੱਚ ਝੋਨਾ ਬੀਜਿਆ ਹੋਵੇ ਜਾਂ ਕਣਕ ਲਗਾਈ ਹੋਵੇ ਤਾਂ ਉਹਦੀ ਛਾਂ ਦੇ ਵਿੱਚ ਇਹਨਾਂ ਦੀ ਫਸਲ ਪੂਰੀ ਨਹੀਂ ਹੁੰਦੀ, ਇੱਥੇ ਨੁਕਸਾਨ ਹੁੰਦਾ। ਲੇਕਿਨ ਜਦੋਂ ਕੁਦਰਤੀ ਖੇਤੀ ਨੈਚੁਰਲ ਫਾਰਮਿੰਗ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਦਰੱਖਤਾਂ ਦੀ ਹੋਂਦ ਬਹੁਤ ਜ਼ਰੂਰੀ ਹੈ। ਬਿਨਾਂ ਦਰੱਖਤਾਂ ਤੋਂ ਕੁਦਰਤੀ ਖੇਤੀ ਬਹੁਤ ਔਖੀ ਹੈ, ਬਹੁਤ ਔਖੀ ਹੈ। ਬਹੁਤ ਜ਼ਰੂਰੀ ਹੈਗੀ ਹੈ ਰੁੱਖ। ਰੁੱਖਾਂ ਦੇ ਵਿੱਚ ਫਿਰ ਡਾਇਵਰਸਿਟੀ ਚਾਹੀਦੀ ਹੈਗੀ ਹੈ, ਅਲੱਗ ਅਲੱਗ ਕਿਸਮਾਂ ਦੇ ਦਰੱਖਤ ਹੋਣ ਜਿਹਦੇ ਵਿੱਚ ਉਹ ਕਿਸਾਨ ਨੂੰ ਫਰੂਟ ਜਿਹੜਾ ਹੈਗਾ, ਫਰੂਟ ਦੇ ਟ੍ਰੀ ਸਭ ਹੋਣੇ ਚਾਹੀਦੇ ਆ ਕਿਸਾਨ ਦੇ ਕੋਲ। ਉਹਦੇ ਵਾਸਤੇ ਵੁਡਨ ਟ੍ਰੀਜ਼ ਵੀ ਹੋਣੇ ਚਾਹੀਦੇ ਹੈ, ਉਹਦੇ ਵਿੱਚ ਮੈਡੀਸਨਲ ਟ੍ਰੀਜ਼ ਵੀ ਹੋਣੇ ਚਾਹੀਦੇ ਆ, ਸਭ ਕੁਛ ਹੋਣਾ ਚਾਹੀਦਾ। ਸੋ ਮੇਰੇ ਮਾਡਲ ਦੇ ਵਿੱਚ ਟੋਟਲ 120 ਕਿਸਮਾਂ ਦੇ ਦਰੱਖਤ ਹੈਗੇ ਆ, ਸਭ ਫਰੂਟ ਅਪਰੋਕਸੀਮੇਟਲੀ 30 ਕਿਸਮਾਂ ਦਾ ਫਰੂਟ ਜਿਹੜਾ ਹੈਗਾ ਉੱਥੇ ਸਾਡੇ ਕੋਲ ਅਵੇਲੇਬਲ ਹੈਗਾ। ਉਹਦੇ ਵਿੱਚ ਵੁਡਨ ਲੱਕੜ ਵਾਲੇ ਦਰੱਖਤ ਵੀ ਹੈਗੇ ਆ, ਮੈਡੀਸਨਲ ਅਰਜਨ ਹੈ, ਬਿਹੜਾ ਹੈ, ਇਹ ਸਭ ਕੁਛ ਹੈ, ਅਤੇ ਹਰਬਸ ਹੈ ਇਹ। ਸੋ ਰੁੱਖ ਬਹੁਤ ਜ਼ਰੂਰੀ ਹੈ। ਜੇ ਅਸੀਂ ਖੇਤੀ ਨੂੰ ਪੁਰਾਣੇ ਸਮੇਂ ਵੱਲ, ਗ੍ਰੀਨ ਰੈਵੋਲਿਊਸ਼ਨ ਤੋਂ ਪਹਿਲਾਂ ਵੱਲ ਦੇਖਦੇ ਹਾਂ, 1967 ਤੋਂ ਪਹਿਲਾਂ ਦੇਖਦੇ ਹਾਂ, ਤਾਂ ਖੇਤੀ ਦੇ ਵਿੱਚ ਪਸ਼ੂਆਂ ਦਾ ਬੜਾ ਵੱਡਾ ਰੋਲ ਹੁੰਦਾ ਸੀ। ਪਸ਼ੂ ਤੁਹਾਡੇ ਖੇਤੀ ਦੇ ਵਿੱਚ ਹਰ ਥਾਂ ਦੇ ਉੱਤੇ ਨਾਲ ਹੁੰਦੇ ਸੀ। ਜਿਉਂ ਹੀ ਅਸੀਂ ਪਸ਼ੂਆਂ ਨੂੰ ਖੇਤੀ 'ਚੋਂ ਬਾਹਰ ਕਰਤਾ ਤਾਂ ਖੇਤੀ ਦੀ ਮਾੜੀ ਦੁਰਦਸ਼ਾ ਸ਼ੁਰੂ ਹੋ ਗਈ। ਗੋਬਰ ਸਾਡੇ ਘਰ ਤੋਂ ਪਸ਼ੂਆਂ ਤੋਂ ਜਿਹੜਾ ਮਿਲ ਰਿਹਾ ਹੈਗਾ, ਉਸ ਗੋਬਰ ਦਾ ਅਸੀਂ ਖੇਤ ਸਿੱਧਾ ਡਾਇਰੈਕਟ ਖਾਦ ਦੇ ਰੂਪ ਵਿੱਚ ਹੀ ਵਰਤਦੇ, ਜਾਂ ਸਾਨੂੰ ਉਸ ਦੇ ਵਿੱਚ ਉਹ ਗੋਬਰ ਨੂੰ ਅਤੇ ਉਸ ਕਾਓ ਯੂਰੇ ਨੂੰ ਕਲਚਰ ਬਣਾਉਣ ਦੇ ਲਈ ਕੰਮ ਆਉਂਦਾ। ਪਲੱਸ ਜੋ ਗੋਬਰ ਜ਼ਿਆਦਾ ਫਿਰ ਵੱਧ ਜਾਂਦਾ ਹੈਗਾ ਤਾਂ ਉਹਨੂੰ ਅਸੀਂ ਸਿੱਧਾ ਡਾਇਰੈਕਟ ਖੇਤ ਦੇ ਵਿੱਚ ਵੀ ਪਾ ਦਿੰਦੇ ਹਾਂ, ਜਾਂ ਸਾਡੇ ਵਰਮੀ ਕੰਪੋਸਟ ਦੇ ਯੂਨਿਟ ਲੱਗੇ ਹੋਏ ਆ ਉਹਦੇ ਵਾਸਤੇ, ਗੁਡੋਇਆਂ ਦੀ ਖਾਦ ਖੁਰਾਕ ਵਾਸਤੇ ਉਹਨੂੰ ਅਸੀਂ ਇਸਤੇਮਾਲ ਕਰ ਲੈਂਦੇ ਹਾਂ। ਡੇਰੀ ਦਾ ਜੋ ਗਊਮੂਤਰ ਹੈ, ਗੋਬਰ ਹੈ, ਔਰ ਆਪਣਾ ਜੋ ਡੇਰੀ ਮੇਂ ਜੋ ਪਾਣੀ ਦੁਲਾਈ ਕੇ ਕੰਮ ਹੋਤਾ ਹੈ, ਵੋ ਹਮਨੇ ਇੱਕ ਟੈਂਕ ਮੇਂ ਸਟੋਰ ਕਰਾ। ਉਸ ਟੈਂਕ ਮੇਂ ਸੇ ਹਮਨੇ ਉਸਮੇਂ ਮੋਟਰ ਲਗਾਈ, ਮੋਟਰ ਲਗਾ ਕੇ ਹਮਨੇ ਵੋ ਉਸ ਟੈਂਕ ਕੋ ਆਪਣੇ ਖੇਤੋਂ ਮੇਂ, ਸਬਜ਼ੀਓਂ ਮੇਂ ਔਰ ਗਾਏ ਕੇ ਚਾਰੋਂ ਮੇਂ ਡਾਲਾ। ਉਸਸੇ ਹਮਾਰੇ ਦੋ ਚੀਜ਼ ਕਾ ਫਾਇਦਾ ਹੁਆ। ਇੱਕ ਤੋਂ ਹਮਾਰੀ ਮਜ਼ਦੂਰੀ ਕਮ ਲਗੀ, ਜੈਸੇ ਮਜ਼ਦੂਰੀ ਕਮ ਲਗੇ ਮਤਲਬ ਕਿ ਪਹਿਲੇ ਤੋਂ ਜੈਸੇ ਹਮ ਵਰਮੀ ਕੰਪੋਸਟ ਲੈ ਲੇਤੇ ਹੈ, ਅਗਰ ਹਮ ਉਸਕੋ 90 ਡੇਜ਼ ਪੀਰੀਅਡ ਰੱਖਤੇ ਹੈ ਤਾਂ 90 ਡੇਜ਼ ਬਾਅਦ ਉਸਕੋ ਫਿਰ ਦੁਬਾਰਾ ਚੇਂਜ ਕਰਨਾ ਪੜਤਾ ਹੈ, ਜਿਸਮੇਂ ਮਜ਼ਦੂਰੀ ਕਿਸਾਨ ਹੀ ਬਹੁਤ ਲੱਗ ਜਾਤੀ ਹੈ। ਇਸਮੇਂ ਹਮੇਂ ਕਿਆ ਫਾਇਦਾ ਹੁਆ ਹੈ ਕਿ ਹਮਨੇ ਵੋ ਟੈਂਕ ਕਰਾਇਆ ਤੋ ਹਮਾਰਾ ਇੱਕ ਤੋਂ ਸੇਵ ਵਾਟਰ ਹੋ ਰਿਹਾ, ਦੂਸਰਾ ਹਮਾਰਾ ਮਜ਼ਦੂਰੀ ਬਚ ਰਹੀ ਹੈ, ਤੀਸਰਾ ਹਮਾਰਾ ਟਾਈਮ ਬਚ ਰਿਹਾ ਹੈ, ਕਿਉਂਕਿ ਟਾਈਮ ਬਹੁਤ ਸਪੇਸ਼ੀਅਸ ਹੈ ਅੱਜ ਕੇ ਦਿਨੋਂ ਮੇਂ। ਇਹ ਹਮਾਰਾ ਬਾਇਓ ਪਲਾਂਟ ਹੈ, ਹਮ ਸਾਰੇ ਗੋਬਰ ਕੋ ਉਸਮੇਂ ਇਕੱਠਾ ਕਰਕੇ ਔਰ ਬਾਇਓ ਪਲਾਂਟ ਮੇਂ ਮਿਕਸ ਕਰ ਦਿੱਤੀ, ਜਿਸਸੇ ਹਮਾਰੀ ਗੈਸ ਬਣ ਗਈ ਹੈ, ਗੈਸ ਆਪਣੇ ਘਰ ਮੇਂ ਜਾ ਰਹੀ ਹੈ, ਵੋ ਸਪਲਾਈ ਮੇਂ ਜਾ ਰਹੀ ਹੈ, ਪਲੱਸ ਹਮਾਰਾ ਇੰਜਨ ਚੱਲ ਰਿਹਾ ਹੈ ਗੈਸ ਸੇ। ਉਸਮੇਂ ਕਿਆ ਹੋਤਾ ਹੈ, 80% ਆਪਕਾ ਗੈਸ ਲੱਗਤੀ ਹੈ ਔਰ 20% ਆਪਕਾ ਡੀਜ਼ਲ ਲੱਗਤਾ ਹੈ।
ये जो हैन है, डक है, ये हमारे गायों के बीच में रहती है, तो जो गायों को कलीली हो जाती है, जो गायों को बीमार भी बना देती है, बहुत बीमार बना देती है, वो गायों का खून चूसती रहती है, ये हैन और डक क्या करती है, उसको जाके उसको खा लेती है। उससे हमारे क्या फ़ायदा होता है, एक तो पोइट्री भी हो जाती है, जो इसका मैन्योर होता है वो मछली भी खाती है, ऊपर से गाय भी बीमार कम होती है और गायों को कलीलियों का भी बहुत कम रोग होता है। कम से कम 20 साल हो गए हमें मधुमक्खियाँ रखते हैं। एक तो पोलिनेशन होती है मधुमक्खियों से, दूसरा किसानों को शहद मिल सकता है, ये एक साइड बिजनेस कह सकते हैं हम किसानों के लिए। 6-7 महीने में वो किसान मधुमक्खियों का शहद निकाल के उस शहद को सेल कर सकता है, जो कि अच्छे रेट पर बिक जाता है, और ये ज़ीरो मेंटेनेंस होता है। बस इसमें थोड़ा फील्ड वर्क होता है कि जहाँ हमारे फूल हैं हमें वहीं मधुमक्खियाँ रखनी है। ਅਸੀਂ ਜਿਵੇਂ ਅੱਗੇ ਇਕੱਲੇ ਕਣਕ ਅਤੇ ਝੋਨੇ ਦਾ ਫਸਲੀ ਚੱਕਰ ਬਣਾਉਂਦੇ ਸਾਰੀਆਂ ਸਬਜ਼ੀਆਂ ਮੁੱਲ ਲੈਂਦੇ ਸੀ, ਜੋ ਕਿਚਨ ਦੇ ਵਿੱਚ ਸਾਨੂੰ ਸਬਜ਼ੀਆਂ ਅਸੀਂ ਮੁੱਲ ਲੈਣੀਆਂ ਪੈਂਦੀਆਂ ਸੀ, ਦਾਲਾਂ ਮੁੱਲ ਲੈਂਦੇ ਸੀ, ਅਸੀਂ ਸਾਰਾ ਤੇਲ ਅਸੀਂ ਸਭ ਕੁਛ ਮੁੱਲ ਲੈਂਦੇ ਸੀ। ਹੁਣ ਸਾਡੀ ਡਿਪੈਂਡੈਂਸੀ ਮਾਰਕੀਟ 'ਤੇ ਘੱਟ ਗਈ, ਸਭ ਕੁਛ ਜੋ ਵੀ ਅਸੀਂ ਕਿਚਨ ਦੇ ਵਿੱਚ ਜਾਣਾ ਸਭ ਸਾਡਾ ਆਪਣਾ ਖੇਤ ਦਾ ਹੈ, ਅਤੇ ਪਲੱਸ ਜਿਹੜਾ ਹੈਲਦੀ ਸੋਇਲ ਦੇ ਵਿੱਚੋਂ ਆਇਆ ਹੈਗਾ ਉਹਦੇ 'ਚ ਨਿਊਟ੍ਰੀਸ਼ਨ ਲੈਵਲ ਵੀ ਹਾਈ ਹੈਗਾ, ਤਾਂ ਜੋ ਸਾਡੀ ਹੈਲਦੀ ਸੋਇਲ ਦੇ ਵਿੱਚੋਂ ਸਾਡੀ ਪ੍ਰੋਡਿਊਸ ਸਾਡੇ ਕਿਚਨ ਤੱਕ ਪਹੁੰਚੂਗੀ ਉਹਦੇ 'ਚ ਨਿਊਟ੍ਰੀਸ਼ਨ ਲੈਵਲ ਹਾਈ ਹੋਣਾ ਸੁਭਾਵਿਕ ਹੈ ਐਜ਼ ਕੰਪੇਅਰ ਟੂ ਜੋ ਅਸੀਂ ਮਾਰਕੀਟ ਦੇ ਵਿੱਚੋਂ ਲੈਂਦੇ ਹਾਂ। ਸੋ ਜੋ ਸਾਡਾ ਹੁਣ ਸਮਾਨ ਕਿਚਨ ਦੇ ਵਿੱਚ ਪਹੁੰਚ ਰਿਹਾ ਉਹ ਸਾਰਾ ਹੈਲਦੀ ਹੈ, ਅਤੇ ਸਾਨੂੰ ਡਾਇਵਰਸਿਟੀ ਮਿਲ ਰਹੀ ਹੈ, ਸਭ ਫਰੂਟ ਸਾਡਾ ਆਪਣਾ ਹੈਗਾ, ਸਭ ਕੁਛ ਸਾਨੂੰ ਜੋ ਕਿਚਨ ਦੀ ਰਿਕੁਆਇਰਮੈਂਟ ਹੈ ਉਹ ਐਟ ਪ੍ਰੈਜੈਂਟ 75% ਕਿਚਨ ਦੀ ਰਿਕੁਆਇਰਮੈਂਟ ਅਸੀਂ ਫੁਲਫਿਲ ਕਰਨ ਦੀ ਪੋਜੀਸ਼ਨ 'ਚ ਹੋ ਗਏ ਹਾਂ।